ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਰਦਾਰ ਚਾਨਣ ਸਿੰਘ ਚੰਦੀ, ਸਰਦਾਰ ਪਰਦੁਮਨ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਵੱਲੋਂ 25ਵਾਂ ਸਾਲਾਨਾ ਟੂਰਨਾਮੈਂਟ 7-8-9 ਦਸੰਬਰ 2018 ਨੂੰ ਕਰਵਾਇਆ ਜਾ ਰਿਹਾ ਹੈ। ਸ਼ਾਹਗੁੜ ਵਿਖੇ ਟੂਰਨਾਮੈਂਟ ਦੇ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਬੰਸ ਸਿੰਘ ਚੰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ 7 ਦਸੰਬਰ 2018 ਨੂੰ ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਕੀਤਾ ਜਾਵੇਗਾ ਅਤੇ ਇਨਾਮਾਂ ਦੀ ਵੰਡ 9 ਦਸੰਬਰ 2018 ਨੂੰ ਮੁੱਖ ਮਹਿਮਾਨ ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਕੀਤੀ ਜਾਵੇਗੀ। ਇਸ ਟੂਰਨਾਮੈਂਟ ਵਿੱਚ ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਓਪਨ 75 ਕਿੱਲੋ ਅਤੇ 62 ਕਿੱਲੋ ਦੇ ਕਰਵਾਏ ਜਾਣਗੇ। ਇਸ ਮੌਕੇ ਸਰਦਾਰ ਚਾਨਣ ਸਿੰਘ ਚੰਦੀ ਅਤੇ ਸਰਦਾਰ ਪ੍ਰਦਮਨ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ। ਇਹ ਸਰਦਾਰ ਚਾਨਣ ਸਿੰਘ ਚੰਦੀ ਔਰ ਪ੍ਰਦਮਨ ਸਿੰਘ ਚੰਦੀ ਸਾਲਾਨਾ ਟੂਰਨਾਮੈਂਟ ਜੋ ਕਾਸੂਪੁਰ ਵਿੱਚ 25ਵਾਂ ਸਾਲਾਨਾ ਟੂਰਨਾਮੈਂਟ ਹੋ ਰਿਹਾ ਹੈ, ਇਸ ਨੂੰ ਅਸੀਂ ਐਤਕੀ ਸਿਲਵਰ ਜੂਬਲੀ ਦੇ ਤੌਰ 'ਤੇ ਮਨਾ ਰਹੇ ਹਾਂ, ਜਿਹੜਾ ਕਿ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਔਰ ਹੁਣ 25ਵੇਂ ਸਾਲ ਦੇ ਵਿੱਚ ਜਿਹੜਾ ਇਹ ਪ੍ਰਵੇਸ਼ ਕੀਤਾ ਇਹ ਔਰ ਇਹ ਟੂਰਨਾਮੈਂਟ ਜਿਹੜਾ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਸ੍ਰਿਸ਼ਟੀ ਦੇ ਮਾਲਕ ਆ ਉਹਨਾਂ ਦੇ ਜਨਮ ਪੁਸਤਕ ਨੂੰ ਜੋ ਸਾਰੀ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਮਨਾ ਰਿਹਾ ਉਹਨੂੰ ਸਮਰਪਿਤ ਕਰ ਰਿਹਾ ਔਰ ਇਹਦੇ ਵਿੱਚ ਜਿੱਥੇ ਗੁਰੂ ਸਾਹਿਬ ਦੀ ਅਸੀਂ ਆਸ਼ੀਰਵਾਦ ਲੈ ਕੇ 25 ਸਾਲ ਅਸੀਂ ਪੂਰੇ ਕੀਤੇ ਆ, ਉੱਥੇ ਇਹਦੇ ਵਿੱਚ ਕਬੱਡੀ ਓਪਨ ਜਿਹਦਾ ਨਾਮ 1,01,000 ਰੁਪਈਆ ਔਰ ਦੂਸਰਾ ਨਾਮ 71,000 ਰੁਪਈਆ ਔਰ ਕਬੱਡੀ ਜਿਹੜੀ 75 ਕਿੱਲੋ ਆ ਉਹਦਾ ਨਾਮ 30,000 ਰੁਪਈਆ ਔਰ ਦੂਸਰਾ ਨਾਮ 20,000 ਰੁਪਈਆ, ਇਸੇ ਤਰ੍ਹਾਂ 62 ਕਿੱਲੋ 15,000 10,000 ਰੁਪਈਆ, ਇਸੇ ਤਰ੍ਹਾਂ ਇੱਕ ਵਾਲੀਬਾਲ ਜੋ ਕਿ ਕਾਸੂਪੁਰ ਦੀ ਇੱਕ ਸਰਦਾਰ ਚਾਨਣ ਸਿੰਘ ਚੰਦੀ ਖੇਡ ਸਟੇਡੀਅਮ ਦੀ ਇੱਕ ਸ਼ਾਨ ਪੰਜਾਬ ਦੇ ਵਿੱਚ ਬਣ ਚੁੱਕਾ ਇਹ ਵਾਲੀਬਾਲ ਦਾ, ਜੋ ਇਹਦੇ ਵਿੱਚ 3 ਕੈਟਾਗਰੀਆਂ ਸਾਡੀਆਂ ਵਾਲੀਬਾਲ ਦੀਆਂ ਓਪਨ ਜਿਹਦੇ ਵਿੱਚ ਲੜਕੀਆਂ ਕਾਲਜ ਅਤੇ ਕਲੱਬ ਪੱਧਰ ਅਤੇ ਜਿਹੜੇ ਸਕੂਲ ਅਤੇ ਪਿੰਡ ਪੱਧਰ ਇਹ 3 ਵਿੰਗ ਵਾਲੀਬਾਲ ਦੇ ਜਿਹੜੇ ਆ ਇਹਦੇ ਵਿੱਚ ਮੈਨੂੰ ਦੱਸ ਕੇ ਬੜੀ ਖੁਸ਼ੀ ਹੁੰਦੀ ਆ ਕਿ ਜਿੱਥੇ ਇਸ ਖੇਡ ਸਟੇਡੀਅਮ ਦੇ ਵਿੱਚ ਨੈਸ਼ਨਲ ਵੀ ਹੋ ਚੁੱਕੀ ਆ ਔਰ ਪਿਛਲੇ ਤੋਂ ਜਿਹੜੀ 16 ਦੇ ਵਿੱਚ ਇੱਥੇ ਪੰਜਾਬ ਦੀ ਵਾਲੀਬਾਲ ਦੀ ਚੈਂਪੀਅਨਸ਼ਿਪ ਹੋਈ ਸੀਨੀਅਰਸ ਔਰ ਜੂਨੀਅਰ ਦੋਨਾਂ ਦੀ ਔਰ ਮੈਨੂੰ ਇਹ ਦੱਸ ਕੇ ਬੜੀ ਖੁਸ਼ੀ ਹੁੰਦੀ ਆ ਕਿ ਜਿਹੜੇ ਕਬੱਡੀ ਦਾ ਜੋ ਫਾਈਨਲ ਮੈਚ ਹੁੰਦਾ ਉਹ ਮੇਰੇ ਖਿਆਲ 'ਚ ਇੱਕ ਇੰਡੀਆ ਦੀ ਸ਼ਾਨ ਮੈਚ ਹੁੰਦਾ ਜਿਹਦੇ ਵਿੱਚ ਇੱਕ ਇੱਕ ਰੇਟ 'ਤੇ 30,000 ਰੁਪਈਆ ਜੋ 30 ਸੈਕਿੰਡ ਦਾ ਰੇਟ ਆ ਉੱਤੇ ਜਿਹੜਾ ਇਨਾਮ ਲੱਗਦੇ ਆ ਔਰ ਪੰਜਾਬ ਦੇ ਜਿਹੜੇ ਵੱਡੇ ਵੱਡੇ ਖਿਡਾਰੀ ਕਬੱਡੀ ਦੇ ਮੱਲ ਆ ਉਹ ਆ ਕੇ ਆਪਣੇ ਜੋਰ ਦਿਖਾਉਂਦੇ ਆ ਔਰ ਮੈਨੂੰ ਇਹ ਪੂਰਨ ਆਸ ਆ ਕਿ ਇਸੇ ਤਰ੍ਹਾਂ ਹੀ ਇਹ ਜੋ 25ਵਾਂ ਖੇਡ ਮੇਲਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੂੰ ਸਮਰਪਿਤ ਕਰ ਰਹੇ ਹਾਂ ਉਹ ਵੀ ਇਸੇ ਤਰ੍ਹਾਂ ਹੀ ਜੋ ਪਿਛਲੇ ਮੇਲੇ ਇਸੇ ਤਰ੍ਹਾਂ ਹੀ ਉਹ ਬਹੁਤ ਪਰਮਾਤਮਾ ਦੀ ਕਿਰਪਾ ਸਦਕਾ ਨੇਪਰੇ ਚੜੇਗਾ। ਸ਼ਾਹਕੋਟ ਤੋਂ ਬਿਊਰੋ ਰਿਪੋਰਟ, ਦਾ ਟੀਵੀ NRI।